ਖਾਲਸਾ ਦੇ ਜੋ ਕਿ ਇਸ ਮੇਲੇ ਬਾਰੇ ਇਸ ਤੀਹਾਂ ਦੇ ਤਿਉਹਾਰ ਬਾਰੇ ਚਾਨਣਾ ਪਾਇਆ ਹੈ ਔਰ ਆਪਾਂ ਨੂੰ ਵੀ ਇਹਨਾਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਮੇਲੇ ਨੂੰ ਹੋਰ ਵੀ ਦੁੱਗਣਾ ਚੌਗਣਾ ਆਪਾਂ ਕਰਨਾ ਹੈ ਸਾਰਿਆਂ ਦੇ ਸਹਿਯੋਗ ਨਾਲ ਬਾਕੀ ਜਿਸ ਤਰ੍ਹਾਂ ਬਾਪੂ ਜੀ ਨੇ ਦੱਸਿਆ ਹੈ ਕਿ ਇਹ ਜੋ ਵੀ ਇਹਨਾਂ ਨੂੰ ਦੇਖ ਲਓ 4 ਵਜੇ ਦਾ ਟਾਈਮ ਦਿੱਤਾ ਸੀ ਮਹਿਤਪੁਰ ਪਹਿਲਾਂ ਮੇਲੇ 'ਚ ਸ਼ਾਮਲ ਹੋਏ ਆ ਉਪਰੰਤ ਆਪਣੇ ਕੋਲ ਪੂਰੇ ਟਾਈਮ ਨਾਲ ਭਾਵੇਂ ਜਿੱਦਾਂ ਮਰਜ਼ੀ ਕੰਮ ਹੋਵੇ ਇਹ ਪਹੁੰਚਦੇ ਹਨ ਸਾਰੇ ਆਪਾਂ ਜਾਣਦੇ ਹਾਂ ਕਿ ਕਿੰਨੀ ਮਿਹਨਤ ਇਹ ਕਰਦੇ ਹਨ ਔਰ ਉਸੇ ਦੀ ਹੀ ਦੇਣ ਹੈ ਜੋ 5 ਵਾਰੀ ਇਹਨਾਂ ਨੇ ਇਸ ਸ਼ਾਹਕੋਟ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ ਔਰ ਜੇ ਆਪਾਂ ਇਹਨਾਂ ਦੇ ਨਾਲ ਜੁੜੇ ਹਾਂ ਲੰਬਾ ਸਮਾਂ ਹੋ ਗਿਆ ਹੈ ਨਿਤ ਟਾਈਮ ਆਪਾਂ ਇਹਨਾਂ ਨੂੰ ਜਦੋਂ ਵੀ ਲੋੜ ਹੁੰਦੀ ਹੈ ਪੁਕਾਰਦੇ ਹਾਂ ਇਹ ਉੱਥੇ ਖੜੇ ਹੁੰਦੇ ਹਨ ਅਤੇ ਆਪਣਾ ਵੀ ਫਰਜ਼ ਬਣਦਾ ਹੈ ਜੇ ਆਪਣੇ ਨਾਲ 5 ਸਾਲ ਇਹ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹਨ ਅਤੇ ਆਪਾਂ ਨੂੰ ਇੱਕ ਦਿਨ ਜਦੋਂ ਸਮਾਂ ਆਉਂਦਾ ਆ ਉਦੋਂ ਵੀ ਦੇਸ਼ ਸੋਚ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ